ਸਾਡੇ ਇੱਕ ਬੰਦੇ ਤੋਂ ਗਲਤੀ ਹੋਈ, ਉਹਦੇ ਤੋਂ ਆਪਦਾ ਆਪਾ ਹੋਇਆ ਗਿਆ ਤੇ ਉਹਨੇ ਇੱਕ ਪੁਲਿਸ ਆਫਿਸਰ ਦਾ ਹੱਥ ਵੜਤਾ। ਇਸ ਕੇਸ ਦੇ ਜਿਹੜੇ ਵੀ ਇੰਚਾਰਜ ਹੋਣਗੇ ਜਾਂ ਇਨਵੈਸਟੀਗੇਸ਼ਨ ਆਫਿਸਰ ਹੋਣਗੇ ਉਹਨਾਂ ਨੂੰ ਮੈਂ ਗੱਲ ਕਰ ਰਿਹਾ। ਜਦੋਂ ਤੁਸੀਂ ਉਹਨਾਂ ਨੂੰ ਪ੍ਰੋਡਿਊਸ ਕੀਤਾ ਉਹਨਾਂ ਦੇ ਕੇਸ਼ ਨੰਗੇ ਸੀ ਸਿਰੋਂ। ਉਹ ਰੂਪ ਹੋਰ ਬਹੁਤ ਬੰਦਿਆਂ ਨੂੰ ਰਿਪ੍ਰਜੈਂਟ ਕਰਦਾ, ਕੇਸ਼ ਸਾਡੀ ਹੋਰ ਬੰਦਿਆਂ ਨੂੰ ਰਿਪ੍ਰਜੈਂਟ ਕਰਦੇ ਆ, ਉਹਨਾਂ ਦੇ ਦਾੜੀਆਂ ਹੋਰ ਬੰਦਿਆਂ ਨੂੰ ਵੀ ਰਿਪ੍ਰਜੈਂਟ ਕਰਦੀਆਂ। ਤੁਸੀਂ ਉਹਨਾਂ ਨੂੰ ਸਜ਼ਾ ਨਾ ਦਿਓ। ਇਸ ਕਰਕੇ ਉਹਨਾਂ ਦੇ ਪਰਨੇ ਬਣਾ ਕੇ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਪੇਸ਼ ਕਰੋ। ਉਸ ਬੰਦੇ ਦੀ ਗਲਤੀ ਮੈਂ ਵੀ ਮੰਨੀ ਸੀ, ਸਾਰੀ ਕੌਮ ਜਾਂ ਸਾਡੇ ਸਾਰੇ ਬੰਦੇ ਨਹੀਂ ਗਲਤ ਹੋ ਜਾਂਦੇ। ਸਾਡੀ ਕੌਮ ਦਾ ਇੰਟਰਨੈਸ਼ਨਲ ਮੀਡੀਆ 'ਚ ਕਿਸੇ ਗਲਤ ਢੰਗ ਨਾਲ ਉਹਨਾਂ ਦੀ ਪ੍ਰੈਜੈਂਟੇਸ਼ਨ ਨਹੀਂ ਦੇਖ ਸਕਦੇ, ਸਾਨੂੰ ਦੁੱਖ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਦੋਸਤੋ, ਬੇਲੀਓ, ਮਿੱਤਰੋ, ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਮਹਾਂਮਾਰੀ ਫੈਲੀ ਹੋਈ ਆ ਦੁਨੀਆ 'ਚ, ਸਾਡੇ 'ਚੋਂ ਬਹੁਤ ਸਾਰਿਆਂ ਨੇ ਆਪਦੀ ਉਮਰ 'ਚ ਜਾਂ ਆਪਦੀ ਇਸ ਏਜ 'ਚ, ਜਿਵੇਂ ਮੈਂ ਕਦੇ ਮਹਾਂਮਾਰੀ ਨਹੀਂ ਦੇਖੀ ਸੀ, ਮੈਨੂੰ ਐਂ ਲੱਗਦਾ ਤੁਹਾਡੇ 'ਚੋਂ ਬਹੁਤ ਸਾਰਿਆਂ ਨੇ ਵੀ ਮਹਾਂਮਾਰੀ ਨਹੀਂ ਦੇਖੀ ਹੋਣੀ ਆਪਦੀ ਏਜ 'ਚ। ਪਰ ਇਹ ਮਹਾਂਮਾਰੀ ਨੇ ਸਾਨੂੰ ਬਹੁਤ ਕੁਛ ਸਿਖਾਤਾ। ਅਸੀਂ ਆਪਦੇ ਆਪਦੇ ਜ਼ਿੰਦਗੀ 'ਚ ਮਸਰੂਫ ਸੀ, ਆਪਦੀ ਆਪਦੀ ਜ਼ਿੰਦਗੀ 'ਚ ਇੰਨੇ ਜ਼ਿਆਦਾ ਬਿਜ਼ੀ ਸੀ ਵੀ ਸਾਨੂੰ ਆਪਦੇ ਅੰਦਰ ਝਾਕਣ ਦਾ ਵੀ ਟਾਈਮ ਨਹੀਂ ਮਿਲਦਾ ਸੀ, ਜਾਂ ਹੋਰ ਆਸ ਪਾਸ ਸਾਡੇ ਜੋ ਚੱਲਦਾ ਉਹਨਾਂ ਚੀਜ਼ਾਂ ਨੂੰ ਵੀ ਅਸੀਂ ਇਗਨੋਰ ਕਰ ਜਾਂਦੇ ਸੀ। ਪਰ ਇਸ ਸਿਚੁਏਸ਼ਨ ਨੇ, ਇਸ ਪੈਂਡਮਿਕ ਨੇ ਸਾਨੂੰ ਬਹੁਤ ਕੁਛ ਸਿਖਾਤਾ, ਸਾਨੂੰ ਆਪਦੇ ਆਪ ਨਾਲ ਜਾਣੂ ਕਰਾਤਾ, ਸਾਨੂੰ ਸਾਡੇ ਸਮਾਜ ਨਾਲ ਜਾਣੂ ਕਰਾਤਾ, ਅਤੇ ਸਾਨੂੰ ਉਹਨਾਂ ਸੋਸ਼ਲ ਇਸ਼ੂਸ 'ਤੇ ਵੀ ਅਵੇਅਰ ਕਰਾਤਾ ਜਿਨ੍ਹਾਂ ਲਈ ਸਾਨੂੰ ਅਵੇਅਰ ਹੋਣਾ ਚਾਹੀਦਾ। ਸਾਡੇ 'ਚ ਅਵੇਅਰਨੈਸ ਬਹੁਤ ਜ਼ਰੂਰੀ ਆ ਸੋਸ਼ਲ ਇਸ਼ੂਸ ਨੂੰ ਲੈ ਕੇ, ਬਿਕੋਜ਼ ਸਾਡੀ ਇੱਕ ਸੋਸ਼ਲ ਰਿਸਪੋਂਸੀਬਿਲਿਟੀ ਹੁੰਦੀ ਆ। ਮੈਂ ਤੁਹਾਡੇ ਨਾਲ ਅੱਜ ਆਪਦੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਾ। ਇਸ ਤੋਂ ਬਾਅਦ ਇੱਕ ਹੋਰ ਗੱਲ ਮੈਨੂੰ ਬਾਹਲੀ ਚੰਗੀ ਨਹੀਂ ਲੱਗੀ। ਦੇਖੋ, ਸਾਡੇ ਇੱਕ ਬੰਦੇ ਤੋਂ ਗਲਤੀ ਹੋਈ, ਉਹਦੇ ਤੋਂ ਆਪਦਾ ਆਪਾ ਹੋਇਆ ਗਿਆ ਅਤੇ ਉਹਨੇ ਇੱਕ ਪੁਲਿਸ ਆਫਿਸਰ ਦਾ ਹੱਥ ਵੜਤਾ। ਇਹ ਇੱਕ ਇਨਸਾਨ ਨੂੰ ਗੁਸਾਇਆ ਅਤੇ ਇੱਕ ਇਨਸਾਨ ਦਾ ਨੁਕਸਾਨ ਕਰਤਾ। ਇਹ ਸਿਰਫ ਇਨਸਾਨੀਅਤ ਦੀ ਤਰ੍ਹਾਂ ਹੀ ਇਹਦੇ ਇਹਨੂੰ ਦੇਖੋ, ਇਹਨੂੰ ਧਰਮਾਂ 'ਚ ਨਾ ਤੋਲੋ, ਇਹਨੂੰ ਵਰਗਾਂ 'ਚ ਨਾ ਤੋਲੋ, ਇਹਨੂੰ ਕਿਸੇ ਜਾਤ ਪਾਤ ਦੇ ਕਿਸੇ ਉਸ ਸਿਲਸਿਲੇ 'ਚ ਨਾ ਲੈ ਕੇ ਆਓ। ਇਸ ਕਰਕੇ ਮੈਂ ਕਹਿੰਦਾ, ਜਦੋਂ ਦੇਖੋ ਇਸ ਗਲਤੀ ਦਾ ਉਸ ਐਕਟ ਦਾ ਵਿਰੋਧ ਮੈਂ ਵੀ ਕੀਤਾ, ਪਰ ਮੈਂ ਇੱਕ ਹੋਰ ਵੀ ਗੱਲ ਕਰਦਾ। ਜਦੋਂ ਉਹਨਾਂ ਬੰਦਿਆਂ ਨੂੰ ਤੁਸੀਂ ਕੋਰਟ 'ਚ ਪ੍ਰੋਡਿਊਸ ਕਰੋ, ਦੇਖੋ ਇਸ ਕੇਸ ਦੇ ਜਿਹੜੇ ਵੀ ਇੰਚਾਰਜ ਹੋਣਗੇ ਜਾਂ ਇਨਵੈਸਟੀਗੇਸ਼ਨ ਆਫਿਸਰ ਹੋਣਗੇ ਉਹਨਾਂ ਨੂੰ ਮੈਂ ਗੱਲ ਕਰ ਰਿਹਾ, ਜਦੋਂ ਤੁਸੀਂ ਉਹਨਾਂ ਨੂੰ ਪ੍ਰੋਡਿਊਸ ਕੀਤਾ ਉਹਨਾਂ ਦੇ ਕੇਸ਼ ਨੰਗੇ ਸੀ ਸਿਰੋਂ, ਉਹਨਾਂ ਦੀਆਂ ਦਾੜੀਆਂ ਠੀਕ ਤਰ੍ਹਾਂ ਨਹੀਂ ਸੀ। ਮੇਰੀ ਇਹ ਤੁਹਾਨੂੰ ਰਿਕੁਐਸਟ ਆ ਜੀ, ਉਹਨਾਂ ਦੇ ਸਿਰ 'ਤੇ ਪਰਨੇ ਬਣਾਓ, ਉਹਨਾਂ ਨੂੰ ਚੰਗੀ ਤਰ੍ਹਾਂ ਪੇਸ਼ ਕਰੋ, ਕਿਉਂਕਿ ਉਹਨਾਂ ਦੀ ਸਜ਼ਾ ਜਿਹੜੀ ਦੇਣੀ ਆ ਉਹ ਤਾਂ ਉਹਨਾਂ ਦੇ ਮਨ ਨੂੰ ਗੁੱਸਾ ਆਇਆ, ਉਹਨਾਂ ਦੇ ਮਨ ਅੰਦਰੋਂ ਉਹਨਾਂ ਨੇ ਉਹ ਗਲਤ ਕੰਮ ਕੀਤਾ, ਅਤੇ ਉਹਨਾਂ ਦਾ ਸਜ਼ਾ ਵੀ ਤੁਸੀਂ ਮਨ ਨੂੰ ਹੀ ਦੇਣੀ ਆ। ਕਾਨੂੰਨ ਨੇ ਵੀ ਜੇ ਉਹਨਾਂ ਨੂੰ ਕੁਛ ਕੱਲ੍ਹ ਨੂੰ ਸਜ਼ਾ ਦੇਣੀ ਆ, ਉਹਨਾਂ ਨੂੰ ਜੇਲ੍ਹ ਭੇਜਣਾ ਜਾਂ ਕੁਛ ਵੀ ਕਰਨਾ, ਤਾਂ ਉਹਦਾ ਮਨ ਹੀ ਇਹਨਾਂ ਵੇ ਉਹਨੂੰ ਸਜ਼ਾ ਦਿੱਤੀ ਜਾਊਗੀ, ਅਤੇ ਉਹ ਮਹਿਸੂਸ ਕਰੂਗਾ ਬੰਦਾ ਵੀ ਮੇਰੇ ਤੋਂ ਗਲਤੀ ਹੋਈ ਸੀ। ਪਰ ਉਹਦੇ ਰੂਪ ਨੂੰ, ਉਹ ਰੂਪ ਹੋਰ ਬਹੁਤ ਬੰਦਿਆਂ ਨੂੰ ਰਿਪ੍ਰਜੈਂਟ ਕਰਦਾ, ਕੇਸ਼ ਸਾਡੀ ਹੋਰ ਬੰਦਿਆਂ ਨੂੰ ਰਿਪ੍ਰਜੈਂਟ ਕਰਦੇ ਆ, ਉਹਨਾਂ ਦੇ ਦਾੜੀਆਂ ਹੋਰ ਬੰਦਿਆਂ ਨੂੰ ਵੀ ਰਿਪ੍ਰਜੈਂਟ ਕਰਦੀਆਂ। ਤੁਸੀਂ ਉਹਨਾਂ ਨੂੰ ਸਜ਼ਾ ਨਾ ਦਿਓ। ਇਹ ਗੱਲ ਬਹੁਤ ਡੂੰਘੀ ਆ ਅਤੇ ਇਹ ਸਮਝਣ ਵਾਲੀ ਗੱਲ ਆ। ਇਸ ਕਰਕੇ ਉਹਨਾਂ ਦੇ ਪਰਨੇ ਬਣਾ ਕੇ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਪੇਸ਼ ਕਰੋ, ਕਾਨੂੰਨ ਆਪਦੇ ਅਕੋਰਡਿੰਗਲੀ ਉਹਨਾਂ ਨੂੰ ਸਜ਼ਾ ਦੇ ਦੂਗਾ। ਅਸੀਂ ਆਪਦੇ ਬੰਦਿਆਂ ਲਈ ਅਰਦਾਸ ਕਰਦੇ ਹਾਂ ਵੀ ਤੁਹਾਨੂੰ ਇਹ ਗੱਲ ਬੜੇ ਪਿਆਰ ਨਾਲ ਕਹਿੰਦੇ ਹਾਂ ਵੀ ਤੁਸੀਂ ਇਸ ਗੱਲ ਨੂੰ ਸਮਝਿਓ ਅਤੇ ਉਹਨਾਂ ਬੰਦਿਆਂ ਦੀ ਵੀ ਰਿਸਪੈਕਟ ਕਰੋ। ਠੀਕ ਆ, ਉਹਨਾਂ ਨੇ ਗਲਤ ਕੰਮ ਕੀਤਾ, ਪਰ ਉਹਨਾਂ ਦੀ ਰਿਸਪੈਕਟ ਕਰਨੀ ਵੀ ਬਣਦੀ ਆ। ਉਹਨਾਂ ਨੂੰ ਪਬਲਿਕਲੀ ਇਸ ਤਰ੍ਹਾਂ ਤੁਸੀਂ ਨਹੀਂ
प्रेजेंट कर सकते। सो दिस इज इट, क्योंकि ये गल मैं क्यों की ये भी मैं दस दिना, ये गल मैं इस करके की। देखो जी, लंगर भी असी लाने, छबीलां भी असी लाने, एक बंदे दे काम की खातर। उस बंदे की गलती मैं भी मनी सी, सारी कौम या साढ़े सारे बंदे नहीं गलत हो जाते, साढ़े बहुत चंगे बंदे भी बैठे आ। असी मैं ये भी गल की सी भी असी आपकी इंट्रोस्पैक्शन करिए, उस इंट्रोस्पैक्शन दा रीज़न भी दिता सी। इंट्रोस्पैक्शन जरूरी भी होंगी, उन्हें कुरीतियां नूं दूर करना ये भी साढ़े लिए जरूरी होंगे, तो साढ़े जिहड़े ज्ञानी बंदे आ, साढ़े जिहड़े बुद्धिजीवी आ, सिख जगत दे या पंजाबी आ साढ़े, ये सारे साढ़े बंदे इकट्ठे होकर उन्हें कुरीतियां नूं दूर करन। असीं तां इही आस करदे आ जी, क्योंकि साड़ी कौम नूं असीं इस तरह नहीं देख सकते। साड़ी कौम दा इंटरनेशनल मीडिया च किसी गलत ढंग नाल उन्हां दी प्रेजेंटेशन नहीं देख सकते, सानू दुख हुंदा। सो दैट्स वाई आई एम रिक्वेस्टिंग दैट जदों तुसीं उन्हां बंदियां नूं कोर्ट च प्रोड्यूस करो तो उन्हां नूं बहुत इज्जत नाल प्रोड्यूस करो, उन्हां दे केस ढके होने चाहिए आ जी, उन्हां नूं चंगी तरह पेश करो, कानून आपे सज़ा देगा। अगली गल जिहड़ी मैं होर करनी चाहुंदा सी भी, कल श्रीमती हरसिमरत कौर बादल जी का मैं धन्नवाद करता सी, असी सारे धन्नवादी हाँ। उन्होंने नांदेड़ साहब साढ़े सचखंड श्री हजूर साहब संगत बैठी आ, उन्होंने उन्हों का हाथ फड़िया, उन्होंने परमिशन ग्रांट कराई, पर अज ताई वो लैटर हजे सेंटर गवर्नमेंट तो महाराष्ट्र गवर्नमेंट नूं नहीं मिलिया। चीफ सैक्रटरी साहब आ जिहड़े मेहता साहब, उन्होंने गल हुई, उन्होंने ऑफिस नहीं पहुँचे, उत्थे जिहड़े विपिन इंतानकर कलैक्टर नांदेड़ आ उन्हां कोले भी नहीं पहुँचिया। सो जिहड़े जिहड़े नांदेड़ संगत बैठी आ, जिहड़ी मैनूं सुन रही आ, मैं भी लग्या होया जी, एज सून एज वी गैट होल्ड ऑफ दैट लैटर तो असी स्पीड अप करवा देंगे महाराष्ट्र गवर्नमेंट तो वह काम, तो उत्थे जिहड़े अपने कलैक्टर साहब आ वह भी तैयार बैठे आ, थोड़ियां बसेस भी तैयार आ, असी कोशिश कर रहे हैं भी थोनों जल्दी तो जल्दी आपदे आपदे टिकाणियां ते पहुँचाया जाए। बाकी ज्यौंदे वास्ते रहो, थैंक यू सो मच, बहुत बहुत प्यार ते सत्कार। गल यही आ भी जदों कोई चंगा काम करता उन्हू सरहाना भी बनता, ये इंसानियत आ, असी सरहाँदे भी रहांगे, ना असी किसी धिर दे आ, ना असी किसी पार्टी दे आ, ना असी किसी जात या मज़हब नू बिलोंग करते हैं, आपां पहला तो इंसान ही हाँ। सो दैट्स वॉट वी हैव टू अंडरस्टैंड एंड दैट्स एग्जैक्टली वॉट आई ऑलवेज टॉक अबाउट। सो a lot of respect, lot of love to all of you, and let's be together, let's help each other, and that's about it. Jiyonde vasde raho ji, bahut sara pyar te satkar, sat sri akal।